ਹਾਂਜੀ ਵੈਲਕਮ ਜੀ ਸਾਰਿਆਂ ਦਾ ਕੀ ਹਾਲ ਚਾਲ ਚੜ੍ਹਦੀ ਕਲਾ ਦੇ ਵਿੱਚੋ ਸੋ ਵੈਲਕਮ ਜਿਹੜੇ ਵੀ ਵੀਰ ਲਾਈਵ ਤੇ ਆਏ ਆ ਸੋ ਹੋਪਫੁਲੀ ਯੂ ਗੈਸ ਆਰ ਗੈਟਿੰਗ ਰੈਡੀ ਫਾਰ ਨੈਕਸਟ ਵੀਕ ਤੇ ਨੈਕਸਟ ਵੀਕ ਦੀ ਹੀ ਗੱਲਬਾਤ ਕਰਾਂਗੇ ਕਿ ਕਿਹੜੇ ਕਿਹੜੇ ਸਟਾਕ ਆ ਜਿਹੜੇ ਆਪਾਂ ਵਾਚ ਕਰ ਸਕਦੇ ਆ ਨੈਕਸਟ ਵੀਕ ਦੇ ਵਿੱਚ ਮਾਰਕੀਟ ਦੀ ਓਵਰ ਆਲ ਸਿਚੁਏਸ਼ਨ ਕੀ ਆ ਸੋ ਨਾਲ ਸਾਰੀਆਂ ਚੀਜ਼ਾਂ ਦੇ ਟੱਚ ਕਰਾਂਗੇ ਕਿਹੜੇ ਕਿਹੜੇ ਨੈਕਸਟ ਮੇਨ ਈਵੈਂਟ ਆ ਰਹੇ ਨੇ ਨੈਕਸਟ ਵੀਕ ਦੇ ਵਿੱਚ ਉਹਨਾਂ ਨੂੰ ਥੋੜਾ ਜਿਹਾ ਟੱਚ ਕਰਾਂਗੇ ਉਹਨਾਂ ਤੋਂ ਆਪਾਂ ਕੀ ਐਕਸਪੈਕਟ ਕਰ ਰਹੇ ਆ ਠੀਕ ਆ ਜਾਂ ਫਿਊਚਰ ਦੇ ਵਿੱਚ ਉਹਨ ਕੀ ਇੰਪੈਕਟ ਪੈ ਸਕਦਾ ਆ ਸੋ ਇਹ ਆਪਾਂ ਲਾਈਵ ਕਰਦੇ ਆ ਐਵਰੀ ਸੰਡੇ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਸੋ ਤੁਸੀਂ ਸ਼ੇਅਰ ਵੀ ਕਰ ਦਿਆ ਕਰੋ ਬਾਕੀਆਂ ਦੇ ਨਾਲ ਸੋ ਜਿਹੜੇ ਨਹੀਂ ਆਉਦੇ ਤੋਂ ਵਾਚ ਕਰ ਸਕਣ ਕਿ ਆਪਾਂ ਮਾਰਕੀਟ ਦੇ ਵਿੱਚ ਕੀ ਐਕਸਪੈਕਟ ਕਰ ਰਹੇ ਆ ਕੀ ਪ੍ਰੈਡਿਕਸ਼ਨ ਆਪਣੀ ਸੋ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ 메ਨ ਟਾਪਿਕ ਕੀ ਨੈਕਸਟ ਵੀਕ ਦੇ ਵਿੱਚ ਆ ਰਿਹਾ ਸੀਪੀਆਈ ਡਾਟਾ ਤੇ ਪੀਪੀਆਈ ਡਾਟਾ ਸੋ ਸੀਪੀਆਈ ਡਾਟਾ ਕੀ ਆ ਇਨਫਲੇਸ਼ਨ ਦਾ ਡਾਟਾ ਪ੍ਰੋਡਿਊਸਰ ਪ੍ਰਾਈਸ ਇੰਡੈਕਸ ਇੰਡੈਕਸ ਕੀ ਹੈ ਕਿ ਹੋਲ ਸੇਲ ਦਾ ਡਾਟਾ ਪਿੱਛੇ ਕੀ ਆ ਸੋ so, CPI ਡਾਟਾ ਹੈਗਾ 14 ਮਾਰਚ ਨੂੰ no, PPI ਡਾਟਾ ਹੈਗਾ 15 ਮਾਰਚ ਨੂੰ ਦੋਵੇਂ ਨੇ ਸਵੇਰੇ ਮਾਰਕੀਟ ਦੇ 8:30 ਵਜੇ ਸੋ ਟੋਰਾਂਟੋ ਟਾਈਮ ਨਿਊਯਾਰਕ ਟਾਈਮ 8:30 ਵਜੇ ਸੋ ਕੀ ਐਕਸਪੈਕਟ ਕੀਤਾ ਜਾ ਰਿਹਾ ਮੰਥ ਓਵਰ ਮੰਥ ਥੋੜੀ ਜੀ ਰਾਈਜ਼ ਦੀ ਐਕਸਪੈਕਟੇਸ਼ਨ ਆ ਕਿ ਸ਼ਾਇਦ CPI ਜਿਹੜੀ ਇਨਫਲੇਸ਼ਨ ਆ ਵਧੇ ਪਰ ਈਅਰ ਓਵਰ ਈਅਰ ਜਿਹੜੀ ਘਟੇਗੀ ਸੋ ਅਜੇ ਤੱਕ ਆਪਾਂ ਨੂੰ ਫਿਲਹਾਲ ਨਹੀਂ ਪਤਾ ਕਿ ਰਿਜ਼ਲਟ ਕੀ ਆਊਗਾ ਪਰ ਜਿਹੜਾ ਵੀ ਰਿਜ਼ਲਟ ਆਉਂਦਾ ਵਾ ਉਹਨੂੰ ਵਾਚ ਕਰਨਾ ਬਹੁਤ ਹੀ ਜ਼ਰੂਰੀ ਆ ਕਿਉਂ ਵਾਚ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਫੈਡ ਕੀ ਕਰ ਰਹੀ ਆ ਵੇਟ ਕਰ ਰਹੀ ਹੈ ਕਿ ਫਿਊਚਰ ਦੇ ਵਿੱਚ ਜਿਹੜਾ ਡਾਟਾ ਆਊਗਾ ਉਸ ਨੂੰ ਦੇਖ ਕੇ ਅਸੀਂ ਇੰਟਰਸਟ ਵਧਾਵਾਂਗੇ ਜਿਹੜਾ ਕਿ ਇਸ ਵੀਕ ਤੋਂ ਅਗਲੇ ਵੀਕ ਦੇ ਵਿੱਚ ਵਧਣਾ ਮਾਰਚ 22 ਤਰੀਕ ਨੂੰ ਸੋ ਨੈਕਸਟ ਦੋ ਕੁ ਵੀਕ ਮਾਰਕੀਟ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਇੰਪੋਰਟੈਂਟ ਨੇ ਓਵਰਆਲ ਜੇ ਦੇਖਿਆ ਜਾਵੇ ਤਾਂ ਸਾਰਾ ਮੰਥੀ ਇੰਪੋਰਟੈਂਟ ਆ ਹੁਣ ਜਿੱਦਾਂ ਦੀ ਮਾਰਕੀਟ ਦੇ ਵਿੱਚ ਹਾਲਾਤ ਹੋਈ ਪਏ ਆ ਉਹਨਾਂ ਤੇ ਵੀ ਥੋੜਾ ਜਿਹਾ ਟੱਚ ਕਰਦੇ ਅੱਗੇ ਪਰ ਇਹ ਆ ਕਿ ਮਾਰਚ 14 ਦੇ 15 ਨੂੰ ਬਹੁਤ ਧਿਆਨ ਦੇ ਨਾਲ ਤੁਸੀਂ ਦੇਖਣਾ ਮਾਰਕੀਟ ਨੂੰ ਕਿ ਸੀਪੀਆਈ ਡਾਟਾ ਕੀ ਆਉਂਦਾ ਪੀਪੀਆਈ ਡਾਟਾ ਕੀ ਆਉਂਦਾ ਉਹ ਮਾਰਕੀਟ ਦੀ ਡ ਸੋ ਹੋ ਫੋਰੀ ਜਿਹੜਾ ਇਨਫਲੇਸ਼ਨ ਐਕਸਪੈਕਟੇਸ਼ਨ ਤੋਂ ਘਟ ਆਵੇ ਤਾਂ ਪੀਪੀਆਈ ਡਾਟਾ ਵੀ ਐਕਸਪੈਕਟੇਸ਼ਨ ਤੋਂ ਥੋੜੀ ਜਿਹੀ ਘਟੇ ਉਹਦੇ ਨਾਲ ਮਾਰਕੀਟ ਦੇ ਵਿੱਚ ਗ੍ਰੀਨ ਹੋਣ ਦੇ ਚਾਂਸ ਹੈਗੇ ਨੇ ਕਿਉਂਕਿ ਫਿਰ ਇਹ ਹਾਲਾਤ ਬਣ ਜਾਣਗੇ ਕਿ ਸ਼ਾਇਦ ਫੈਡ ਜਿਹੜੀ ਨੈਕਸਟ ਇੰਟਰਸਟ ਰੇਟ ਹਾਈਕਾ ਉਹ 0.25% ਲੈ ਕੇ ਆਵੇ ਪਰ ਜੇ ਇਹ ਸੀਪੀਆਈ ਡਾਟਾ ਐਕਸਪੈਕਟੇਸ਼ਨ ਤੋਂ ਵੱਧ ਆਉਂਦਾ ਆ ਤਾਂ ਚਾਂਸਸ ਨੇ ਕਿ ਜਿਹੜੀ ਨੈਕਸਟ ਇੰਟਰਸਟ ਰੇਟ ਹਾਈਕਾ ਉਹ ਸ਼ਾਇਦ 0.5% ਆ ਸਕਦੀ ਹੈ ਸੋ ਉਹਨੂੰ ਥੋੜਾ ਜਿਹਾ ਦੇਖਦੇ ਹੋਏ ਧਿਆਨ ਦੇ ਨਾਲ ਨੈਕਸਟ ਵੀਕ ਦੇ ਵਿੱਚ ਟਰੇਡਿੰਗ ਕਰਨੀ ਆ ਬਾਕੀ ਜਿਹੜੀਆਂ ਸਾਰੇ ਸਾਰੇ ਬੰਦਿਆਂ ਨੂੰ ਪਤਾ ਕਿ ਕੀ ਚੀਜ਼ ਹੋ ਰਿਹਾ ਮਾਰਕੀਟ ਦੇ ਵਿੱਚ ਬੈਂਕ ਸਟਾਕ ਸੋ ਬੈਂਕ ਦੇ ਸਟਾਕ ਜਿਹੜੇ ਆ ਉਹ ਵਾਚ ਕਰਨੇ ਬਹੁਤ ਹੀ ਜ਼ਰੂਰੀ ਆ ਸੋ ਦੋ ਬੈਂਕ ਆਲਰੇਡੀ ਫੇਲ ਹੋ ਚੁੱਕੀਆਂ ਸਿਲਵਰ ਗੇਟ ਤੇ ਦੂਸਰੀ ਸੀ ਸਿਲੀਕਨ ਵੈਲੀ ਬੈਂਕ ਤੇ ਤੀਸਰੀ ਸਿਗਨੇਚਰ ਬੈਂਕ ਵੀ ਅੱਜ ਉਹਨਾਂ ਸ਼ਟਡਾਊਨ ਕੀਤੀ ਹੋਈ ਆ ਸੋ ਸਰਪ੍ਰਾਈਜ਼ਿੰਗਲੀ ਇੱਕ ਹੋਰ ਚੀਜ਼ ਤੁਸੀਂ ਦੇਖ ਲਓ ਕਿ ਤਿੰਨਾਂ ਬੈਂਕਾਂ ਦੇ ਨਾਂ ਅਸਤ ਹੋਈਆਂ ਠੀਕ ਆ ਸਿਲਵਰ ਗੇਟ ਵੀ ਅਸਤ ਹੋਆ ਸਿਲੀਕਨ ਵੈਲੀ ਬੈਂਕ ਵੀ ਅਸਤ ਹੋਆ ਤੇ ਸਿਗਨੇਚਰ ਬੈਂਕ ਵੀ ਅਸਤ ਹੋਆ ਸੋ ਨੈਕਸਟ ਕਿਹੜੀ ਡ੍ਰੌਪ ਹੋਣੀ ਆ ਤੁਸੀਂ ਆਪੇ ਹਿਸਾਬ ਲਾ ਲਓ ਸੋ ਐਸ ਤੋਂ ਕੋਈ ਵੀ ਬੈਂਕਾਂ ਨੂੰ ਚੱਕ ਸਕਦੀਆਂ ਸ਼ਾਇਦ ਉਹ ਡ੍ਰੌਪ ਹੋ ਜੇ ਸੋ ਆਮ ਜਸਟ ਜੋਕਿੰਗ ਕੁਝ ਵੀ ਹੋ ਸਕਦਾ ਪਰ ਇਹ ਆ ਕਿ ਸਰਪ੍ਰਾਈਜ਼ਿੰਗਲੀ ਕੋਇਨਸੀਡੈਂਟਲੀ ਇਹ ਤਿੰਨੇ ਬੈਂਕਾਂ ਦੇ ਨਾਮ ਐਸ ਤੋਂ ਆ ਜਿਹੜੀਆਂ ਹੌਲਟ ਹੋਈਆਂ ਹੁਣ ਤੱਕ ਜਾਂ ਜਿਹੜੀਆਂ ਫੇਲ ਹੋ ਰਹੀਆਂ ਨੇ ਸੋ ਬੈਂਕਾਂ ਦੇ ਸਟਾਕ ਕਿਹੜੇ ਵਾਚ ਕਰਦੇ ਆ ਜੀ ਥੋੜੀ ਜਿਹੀ ਲਿਸਟ ਲੰਮੀ ਆ ਤਾਂ ਕਰਕੇ ਮੈਂ ਇੱਥੇ ਲਿਖੀ ਨਹੀਂ ਹੋਏ ਬਟ ਯੂ ਗਾਇਸ ਕੈਨ ਰਾਈਟ ਇਟ ਡਾਊਨ ਸੋ ਮੈਂ ਤੁਹਾਨੂੰ ਇੱਥੇ ਦੱਸ ਦਿੰਨਾ ਸਭ ਤੋਂ ਪਹਿਲਾਂ ਬੈਂਕ ਦਾ ਸਟਾਕ ਹੈਗਾ ਜੀ ਜਿਹੜਾ ਤੁਸੀਂ ਵਾਚ ਕਰ ਸਕਦੇ ਹੋ ZION ਉਸ ਤੋਂ ਬਾਅਦ TFC ਉਸ ਤੋਂ ਬਾਅਦ ਹੈਗਾ FRC FRC ਕਾਫੀ ਵੋਲੇਟਾਈਲ ਆ ਬੇਬੀ ਨੈਕਸਟ ਇਜ਼ FRC ਕਾਫੀ ਪ੍ਰੈਸ਼ਰ ਆ ਕਿਉਂਕਿ ਜਿਹੜੇ ਯਲਡ ਆਪਣੇ US ਦੇ ਵਿੱਚ ਉਹਨਾਂ ਹੈੱਡ ਨੇ ਜਿਹੜੇ ਸਾਰੇ ਬੈਂਕਿੰਗ ਰਿਜ਼ਰਵ ਦੇ ਆਪਾਂ ਜੀ ਕਹਿ ਲਈਏ ਤੇ ਉਹਨਾਂ ਨੇ ਕੀ ਗੱਲਬਾਤ ਕੀਤੀ ਹੈ ਕਿ देयर ਆਰ ਮੈਨੀ ਬੈਂਕਸ ਜਿਨ੍ਹਾਂ ਦੇ ਵਿੱਚ ਸੇਮ ਫਲॉज ਹੈਗੇ ਨੇ ਜੋ ਸਿਲੀਕਨ ਵੈਲੀ ਬੈਂਕ ਤੇ ਜਾਂ ਬਾਕੀ ਬੈਂਕ ਦੇ ਵਿੱਚ ਹੈਗੇ ਸੀ ਜਿਹੜੀਆਂ ਫੇਲ ਹੋਈਆਂ ਨੇ ਤੇ ਹੋਰ ਬੈਂਕਾਂ ਵੀ ਹੈਗੀਆਂ ਨੇ ਜਿਹੜੀਆਂ ਸੇਮ ਸਿਨੈਰੀਓ ਦੇ ਵਿੱਚ ਆ ਜਿਹੜੀਆਂ ਕਿ ਆਪਣੇ ਡਿਪੋਜ਼ੀਟਰ ਦੀ ਮਨੀ ਸ਼ਾਇਦ ਵਾਪਸ ਦੇਣ ਦੇ ਵਿੱਚ ਕਾਮਯਾਬ ਨਾ ਹੋਣ ਤੇ ਉਹਨਾਂ ਨੂੰ ਆਪਣੇ ਆਪਰੇਸ਼ਨ ਹਾਲਟ ਕਰਨੇ ਪੈਣੀਆਂ ਇਦਾਂ ਦਾ ਕੁਝ ਸੋ ਐਫ ਆਰ ਸੀ ਹੈ ਉਸ ਤੋਂ ਬਾਅਦ ਆ ਪੀ ਐ ਸੀ ਡਬਲਯੂ ਉਸ ਤੋਂ ਬਾਅਦ ਐਫ ਆਰ ਡਬਲਯੂ ਐਫ ਸੀ ਵੈਲਸ ਫਾਰਗੋ ਬਾਕੀ ਬੈਂਕਾਂ ਵੀ ਹੋਣਗੀਆਂ ਪਰ ਜਿਹੜੇ ਇਹ 4-5 ਟਿੱਕਰ ਮੈਂ ਲਿਖੇ ਆ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਜੀ ਆਈ ਆਨ ਟੀ ਐਫ ਸੀ ਐਸ ਬੀ ਐਨ ਵਾਈ ਐਫ ਆਰ ਸੀ PACW WFC ਸੋ ਇਹਨਾਂ ਨੂੰ ਵਾਚ ਕਰਨਾ ਹੈ ਦੋ ਚੀਜ਼ਾਂ ਹੋ ਸਕਦੀਆਂ ਬੈਂਕ ਸਟਾਕ ਦੇ ਵਿੱਚ ਜੇ ਕੁਛ ਨਾ ਕੁਛ ਪੋਜ਼ਿਟਿਵ ਰਹਿੰਦਾ ਜਿਹੜਾ ਕਿ ਆਪਾਂ ਜੇ ਫਿਊਚਰ ਦੇਖੀਏ ਤਾਂ ਸਟਾਕ ਦਾ ਪੋਜ਼ਿਟਿਵ ਸੀ ਇਹ ਸਟਾਕ ਰਿਕਵਰ ਵੀ ਬਹੁਤ ਸ਼ਾਰਪ ਕਰ ਸਕਦੇ ਆ ਉਧਰ ਨੂੰ ਪ੍ਰੋਫਿਟ ਬਣ ਸਕਦਾ ਸੈਕੰਡ ਚੀਜ਼ ਹੋ ਸਕਦੀ ਹੈ ਕਿ ਜੇ ਪ੍ਰੈਸ਼ਰ ਪੈਣਾ ਸ਼ੁਰੂ ਹੋ ਗਿਆ ਬੈਂਕਾਂ ਦੇ ਸਟਾਕ ਤੇ ਇਹ ਹੋਰ ਥੱਲੇ ਡਾਜ਼ ਜਾ ਸਕਦੇ ਆ ਸੋ ਦੋਵੇਂ ਪਾਸੇ ਨੂੰ ਜਾਣ ਦੀ ਐਕਸਪੈਕਟੇਸ਼ਨ ਹੈ ਇਹ ਨਹੀਂ ਆਪਾਂ ਕਹਿ ਰਹੇ ਕਿ ਸਿਰਫ ਥੱਲੇ ਨੂੰ ਹੀ ਡਿੱਗਣੇ ਆ ਜੇ ਕੁਝ ਪੋਜ਼ਿਟਿਵ ਆਉਂਦਾ ਬੈਂਕ ਦੇ ਲਈ ਜਿੰਨਾ ਕਿ ਫੈਡ ਜ਼ੋਰ ਲਾ ਰਹੀ ਆ ਸਾਰਾ ਵੀਕਐਂਡ ਆਪਾਂ ਦੇਖਿਆ ਬਸ ਨਿਊਜ਼ ਤੇ ਨਿਊਜ਼ ਚੜੀ ਹੋਈ ਆ ਕਿ ਆ ਬੈਂਕ ਇਦਾਂ ਫੈਡ ਨੇ ਇਦਾਂ ਕਹਿ ਤਾ ਆ ਕਹਿ ਦਿੱਤਾ ਸੋ ਉਹਦੇ ਨਾਲ ਸ਼ਾਇਦ ਇਹ ਕੋਸ਼ਿਸ਼ ਕਰਨ ਕਿ ਬੈਂਕਿੰਗ ਸਿਸਟਮ ਦੇ ਵਿੱਚ ਥੋੜਾ ਜਿਹਾ ਇੱਕ ਫੇਥ ਬਿਲਡ ਕੀਤਾ ਜਾਵੇ ਸਾਰਿਆਂ ਦਾ ਕਿਉਂਕਿ ਜੇ ਬੈਂਕਿੰਗ ਸਿਸਟਮ ਚੋਂ ਸਾਰਿਆਂ ਦਾ ਫੇਥ ਹਟ ਜਾਂਦਾ ਆ ਤੇ ਹਰ ਇੱਕ ਬੰਦੇ ਨੇ ਕੀ ਕਹਿਣਾ ਕਿ ਜਿਹੜੀ ਵੀ ਬੈਂਕ ਦੇ ਵਿੱਚ ਮੇਰਾ ਪੈਸਾ ਯਾਰ ਮੈਂ ਜਾ ਕੇ ਕਢਾਵਾਂ ਤੇ ਜਦੋਂ ਉਹ ਇੱਕ ਪੈਨਿਕ ਸ਼ੁਰੂ ਹੋਣਾ ਜੇ ਸ਼ੁਰੂ ਹੋ ਰਿਹਾ ਕਿਤੇ ਨਾ ਕਿਤੇ ਤੁਹਾਡੇ ਦਿਮਾਗ 'ਚ ਮੇਰੇ ਦਿਮਾਗ 'ਚ ਵੀ ਕਿ ਰਾਇਰ ਮੇਰੀ ਜਿਹੜੀ ਬੈਂਕਾਂ ਪਤਾ ਨਹੀਂ ਉਹਦੇ ਨਾਲ ਗੱਲ ਨੂੰ ਕੀ ਹੋਣਾ ਥੋੜਾ ਬਹੁਤਾ ਕੈਸ਼ ਕਢਾ ਕੇ ਰੱਖ ਲਈਏ ਕਰੇ ਸੋ ਉਹ ਚੀਜ਼ਾਂ ਹੋਣਗੀਆਂ ਇਹੀ ਪੈਨਿਕ ਉਹਨਾਂ ਬੈਂਕਾਂ ਦੇ ਨਾਲ ਸ਼ੁਰੂ ਹੋਇਆ ਸੀ ਜਿਹੜੀ ਮੈਂ ਇੱਕ ਵੀਡੀਓ ਪਾਈ ਆ ਤੁਸੀਂ ਬਾਤ ਕੀਤੀ ਹੋਣੀ ਹੈ ਕਿ ਉਸ ਪੈਨਿਕ ਦੇ ਨਾਲ ਹੀ ਲੋਕਾਂ ਨੇ ਆਪਣਾ ਪੈਸਾ ਕਢਾਉਣਾ ਸ਼ੁਰੂ ਕੀਤਾ ਤੇ ਬੈਂਕ ਐਂਡ ਤੇ ਥੱਲੇ ਡਿੱਗਦੀਆਂ ਗਈਆਂ ਥੱਲੇ ਡਿੱਗਦੀਆਂ ਗਈਆਂ ਕਿਉਂਕਿ ਡਿਪੋਜ਼ੀਟਰ ਇੰਨੇ ਆ ਗਏ ਕਿ ਉਹਨਾਂ ਕੋ ਉੱਥੇ ਵਿਡਰੋਅਲ ਜਿਹੜੀ ਆ ਅਨਾਫਾ ਉਹ ਦੇ ਕਰ ਨਹੀਂ ਹੋਈ ਜੋ ਹੁਣ ਆਪਣੇ ਬੌਂਡ ਵਗੈਰਾ ਸੈਲ ਕਰਨੇ ਪਏ ਉਹ ਸਾਰਾ ਜਿਹੜੀ ਮੇਰੀ ਵੀਡੀਓ ਆ ਬੈਂਕ ਕਰੈਸ਼ ਵਾਲੀ ਉਹਨੂੰ ਜਾ ਕੇ ਵਾਚ ਕਰ ਲਿਓ ਸੋ ਮੈਂ ਇੱਕ ਡਿਫਰੈਂਟ ਕਨਸੈਪਟ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਆ ਡਿਫਰੈਂਟ ਜੀ ਸੋ ਸ਼ਾਇਦ ਤੁਸੀਂ ਲਾਈਕ ਕੀਤੀ ਹੋਵੇਓ ਤੇ ਜੇ ਵਧੀਆ ਲੱਗੀ ਤਾਂ ਦੱਸ ਦਿਓ ਸੋ ਬੈਂਕ ਦੇ ਸਟਾਕ ਜ਼ਰੂਰ ਵਾਚ ਕਰਨੇ ਆ ਬੈਂਕ ਦੇ ਸਟਾਕ ਦੇ ਨਾਲ ਨਾਲ ਹੁਣ ਆ ਤਿੰਨ ਕ ਆਪਾਂ ਕਹਿ ਸਕਦੇ ਆ ਟੈਕ ਸਟਾਕ ਆਪਾਂ ਕਹਿ ਸਕਦੇ ਇਹਨਾਂ ਨੂੰ ਇਹ ਵੀ ਵਾਚ ਕਰਨੇ ਆ ਰੀਜ਼ਨ ਕੀ ਆ ਕਿ ਦੇ ਵਰ ਦਾ ਵਨ ਆਫ ਬਿਗੇਸਟ ਕਲੈਂਟ ਆਫ ਜਿਹੜੀ ਬੈਂਕ ਫੇਲ ਹੋ ਗਈ ਆ ਸਿਲੀਕਨ ਵੈਲੀ ਬੈਂਕ ਸੋ ਕੌਇਨ ਬੇਸ ਦਾ ਆਲਮੋਸਟ ਜਿਵੇਂ ਇੱਥੇ ਲਿਖਿਆ ਸੀ 240 ਮਿਲੀਅਨ ਡਾਲਰ ਆ ਉਹਦੇ ਵਿੱਚ ਰੋਕੂ ਦਾ ਮੈਂ ਇੱਥੇ ਲਿਖਿਆ ਸੀ ਰਾਉਂਡ 437 ਮਿਲੀਅਨ ਡਾਲਰ ਆ ਰੋਬਲॉक्स ਦੀ ਆਈ ਡੋਨਟ نو ਐਗਜੈਕਟ ਅਮਾਉਂਟ ਬਟ ਦੇ ਆਲਸੋ ਹੈਵ ਇਨ ਮਿਲੀਅਨਸ ਸੋ ਜਿਹੜੇ ਛੋਟੇ ਕਲਾਇੰਟ ਆ ਉਹਨਾਂ ਨੂੰ ਪੈਸੇ ਵਾਪਸ ਮਿਲ ਜਾਣਗੇ ਪਰ ਇਹ ਥੋੜਾ ਜਿਹਾ ਸ਼ਾਇਦ ਸਟਕ ਹੋਣ ਇਸ ਲਈ ਇਨਾਂ ਸਟਾਕਸ ਤੇ ਆਪਾਂ ਕੱਲ ਨੂੰ ਰੋਕੂ ਦੇ ਉੱਪਰ ਕੌਇਨ ਤੇ ਰੋਬਲॉक्स ਤੇ ਕਾਫੀ ਪ੍ਰੈਸ਼ਰ ਦੇਖਣ ਨੂੰ ਮਿਲ ਸਕਦਾ ਕੌਇਨ ਸ਼ੇਅਰ ਦਾ ਉਹਨਾਂ ਚ ਸਰਵਾਈਵ ਕਰ ਜੇ ਕਿਉਂਕਿ ਮੈਂ ਦੇਖ ਰਿਹਾ ਸੀ ਉਹ 5-6% ਉੱਪ ਚੜ ਗਿਆ ਹੈ ਸੋ ਸ਼ਾਇਦ ਕੋਇਨ ਦੀ ਡਿਫਰੈਂਸ ਸਿਨੈਰੀਓ ਹੋ ਸਕਦਾ ਪਰ ਵਾਚ ਰੋਕੂ ਐਂਡ ਰੋਬਲੌਕਸ ਟਮਰੋ ਸੋ ਇਹਨਾਂ ਨੂੰ ਥੋੜਾ ਜਿਹਾ ਵਾਚ ਕਰਿਓ ਇਹ ਸਟਾਕਾਂ ਦੇ ਪ੍ਰੈਸ਼ਰ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਬੈਂਕ ਸਟਾਕਾਂ ਦੇ ਨਾਲ ਦੇ ਨਾਲ ਅਰਨਿੰਗਸ ਕਿਹੜੀਆਂ ਕੁਝ ਖਾਸ ਇੰਨੀਆਂ ਵੱਡੀਆਂ ਅਰਨਿੰਗਸ ਨਹੀਂ ਆ ਰਹੀਆਂ ਜਿਹੜੀਆਂ ਜਿਆਦੀਆਂ ਵੱਡੀਆਂ ਅਰਨਿੰਗ ਸੀ ਉਹ ਨਿਕਲ ਗਈਆਂ ਪਰ ਦੋ ਤਿੰਨ ਅਰਨਿੰਗਸ ਹੈਗੀਆਂ ਨੈਕਸਟ ਵੀਕ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਥੋੜਾ ਜਿਹਾ ক্লোਜ਼ਲੀ ਵਾਚ ਕਰ ਸਕਦੇ ਹਾਂ ਵੈਨਸਡੇ ਨੂੰ Adobe ਦੀ ਅਰਨਿੰਗ ਆ ਥਰਸਡੇ ਨੂੰ FedEx ਦੀ ਅਰਨਿੰਗ ਆ ਸੋ ਇਹᱫੋ ਥੋੜੀਆਂ ਜਨੀਆਂ ਵਾਚ ਕਰਾਂਗੇ ਹੋਰ ਵੀ ਜੇ ਆਪਾਂ ਨੂੰ ਕੁਝ ਲੱਗਾ ਤੇ ਆਵੋ ਸ਼ੇਅਰ ਦਿਸ ਪੋਸਟਰ ਵਿਦ ਯੂ ਗਾਇਸ ਜੇ ਕਹਿੰਦੇ ਸਕਰੀਨਸ਼ਾਟ ਲੈਣਾ ਤੇ ਸਕਰੀਨਸ਼ਾਟ ਲੈ ਲਓ ਪਰ ਮੈਂ ਗਰੁੱਪ ਦੇ ਵਿੱਚ ਸ਼ੇਅਰ ਕਰ ਦੂੰਗਾ ਸੋ ਹੁਣ ਥੋੜਾ ਜਿਹਾ ਆਪਾਂ ਚਾਰਟ ਤੇ ਦੇਖ ਲੈਨੇ ਆ ਕੀ ਓਵਰਆਲ ਮਾਰਕੀਟ ਦੇ ਚਾਰਟ ਸਪਾਈਕ ਕੀ ਕਰ ਰਿਹਾ ਤੇ ਬਾਅਦ ਦੇ ਵਿੱਚ ਆਪਾਂ ਦੇਖਾਂਗੇ ਕਿ ਟੈਸਲਾ ਵਗੈਰਾ ਜਾਂ ਦੂਸਰੇ ਸਟਾਕਾਂ ਦੇ ਚਾਰਟ ਕਿੱਦਾਂ ਹੈ ਜਾਂ ਰੋਬਲੌਕਸ ਰੋਕੂ ਕੀ ਹੈ ਬਾਕੀ ਜੇ ਤੁਹਾਡਾ ਕਿਸੇ ਸਟਾਕ ਦੇ ਰਿਲੇਟਿਡ ਕੁਐਸ਼ਨ ਆ ਤੇ ਕਮੈਂਟ ਦੇ ਵਿੱਚ ਪੋਸਟ ਕਰ ਦਿਓ ਬਿਕਰਮ ਸਿੰਘ ਭਾਜੀ ਕਹਿੰਦੇ ਕਿ ਸਟਾਕ ਰਿਪੀਟ ਕਰ ਸਕਦੇ ਹੋ ਬੈਂਕਾਂ ਦੇ ਹਾਂਜੀ ਸੋ ਸਟਾਕ ਬੈਂਕਾਂ ਦੇ ਹੈਗੇ ਜੀ ਆਈਓਐਨ ਲਿਖ ਲਿਓ ਥੋੜਾ ਜਿਹਾ ਸਪੀਡ ਦੇ ਵਿੱਚ ਟੀ ਐਫ ਸੀ ਐਸ ਬੀ ਐਨ ਵਾਈ ਐਫ ਆਰ ਸੀ ਪੀਏ ਸੀਡਬਲਯੂ ਤੇ ਡਬਲਯੂ ਐਫ ਸੀ ਵੈਲਸ ਫਾਰਗੋ ਤੇ ਦੂਸਰੇ ਜਿਹੜੇ ਟੈਕ ਵਾਲੇ ਨੇ ਰੋਕੂ ਰੋਬਲੌਕਸ ਤੇ ਕੋਇਨ ਸੋ ਥੋੜਾ ਜਿਹਾ ਮਾਰਕੀਟ ਦੀ ਸਿਚੁਏਸ਼ਨ ਤੋਂ ਹੀ ਓਵਰਆਲ ਤੋਂ ਗੱਲਬਾਤ ਕਰਦੇ ਹਾਂ ਕਿ ਮਾਰਕੀਟ ਕੀ ਕਰ ਰਹੀ ਹੈ ਕੀ ਆਪਾਂ ਐਕਸਪੈਕਟ ਕਰ ਰਹੇ ਹਾਂ ਕੀ ਹੋ ਸਕਦਾ ਸੋ ਜੇ ਤੁਹਾਨੂੰ ਯਾਦ ਹੋਵੇ ਤਾਂ ਇਸ ਕੈਂਡਲ ਤੇ ਆਪਾਂ ਗੱਲਬਾਤ ਕੀਤੀ ਸੀ ਕਿ ਇੱਕ ਅਨਗਲਫਿੰਗ ਕੈਂਡਲ ਬਣਨੀ ਸ਼ੁਰੂ ਹੋ ਗਈ ਆ ਜਿਹੜੀ ਕਿ ਮਾਰਕੀਟ ਨੂੰ ਥੱਲੇ ਸੁੱਟ ਸਕਦੀ ਹੈ ਸੋ ਸੇਮ ਚੀਜ਼ ਹੋਈ ਕਿ ਉਸ ਤੋਂ ਬਾਅਦ ਆ ਕੈਂਡਲ ਤੋਂ ਬਾਅਦ ਜਦੋਂ ਆ ਵੱਡੀ ਰੈੱਡ ਬਣੀ ਆ ਗ੍ਰੀਨ ਤੋਂ ਬਾਅਦ ਤੇ ਮਾਰਕੀਟ ਕਾਫੀ ਉਦੋਂ ਦਾ ਸੈਲਿੰਗ ਪ੍ਰੈਸ਼ਰ ਸ਼ੁਰੂ ਹੋ ਗਿਆ ਤੇ ਮਾਰਕੀਟ ਥੱਲੇ ਹੀ ਜਾ ਰਹੀ ਹੈ ਸੋ ਕਹਿ ਸਕਦੇ ਹਾਂ ਕਿ ਜਿਹੜੀ ਆਪਾਂ ਇੱਕ ਉਹ ਪ੍ਰੈਡਿਕਸ਼ਨ ਕੀਤੀ ਸੀ ਉਹ ਕਾਫੀ ਵਧੀਆ ਸਹੀ ਰਹੀ ਪਰ ਨਾਲ ਦੀ ਨਾਲ ਮਾਰਕੀਟ ਦੇ ਸਿਨੈਰੀਓ ਨੇ ਆਪਣੀ ਪ੍ਰੈਡਿਕਸ਼ਨ ਸਹੀ ਕਰਨ ਦੇ ਵਿੱਚ ਕਾਫੀ ਹੈਲਪ ਕਿ ਜਿਹੜਾ CPI ਡਾਟਾ ਜਾਂ ਉਸ ਤੋਂ ਬਾਅਦ ਜੋ ਵੀ ਮਾਰਕੀਟ ਦੇ ਬੈਂਕਿੰਗ ਵਰਲਡ ਦੇ ਵਿੱਚ ਹੋਇਆ ਉਹਨੇ ਮਾਰਕੀਟ ਕਾਫੀ ਥੱਲੇ ਸੁੱਟੀ ਆ ਹੁਣ ਨੈਕਸਟ ਐਕਸਪੈਕਟ ਕੀ ਕਰ ਰਹੇ ਆ ਕੀ ਹੋ ਸਕਦਾ ਸੋ ਸਭ ਤੋਂ ਵੱਡਾ ਇੱਥੇ ਸਟਾਪ ਹੈਗਾ ਸੀ ਇੱਕ ਬ੍ਰੇਕ ਲੱਗ ਸਕਦੀ ਸੀ 200 ਦੇ ਮੂਵਿੰਗ ਐਵਰੇਜ ਤੇ ਜਿਹੜੀ ਕਿ 393 ਦੇ ਰੌਂਡ ਆ ਪਰ ਉੱਥੇ ਮਾਰਕੀਟ ਦੀ ਬ੍ਰੇਕ ਨਹੀਂ ਲੱਗੀ ਤੇ ਥੱਲੇ ਦੀ ਥੱਲੇ ਹੀ ਆ ਹੁਣ ਇੱਕ ਆ ਇੱਕ ਆਪਾਂ ਕਹਿ ਸਕਦੇ ਆ ਕਿ ਕਾਈਂਡ ਆਫ ਡੋਜੀ ਕੈਂਡਲ ਬਣੀ ਹੋਈ ਆ ਪਰ ਐਗਜ਼ੈਕਟ ਨਹੀਂ ਆ ਕੱਲ ਨੂੰ ਦੇਖਾਂਗੇ ਪ੍ਰੈਸ਼ਰ ਕਿੱਧਰ ਨੂੰ ਹੁੰਦਾ ਪਰ ਸ਼ਾਇਦ ਜੇ ਸਾਰਾ ਕੁਝ ਪੋਜ਼ਿਟਿਵ ਹੁੰਦਾ ਆ CPI ਡਾਟਾ PPI ਡਾਟਾ ਦਾ ਮਾਰਕੀਟ ਥੋੜਾ ਰਿਕਵਰ ਕਰਨ ਦੀ ਕੋਸ਼ਿਸ਼ ਕਰੂਗੀ ਅੰਟਿਲ ਨੈਕਸਟ ਇੰਟਰਸਟ ਰੇਟ ਹਾਈਕ ਮਾਰਚ 22 ਤੱਕ ਸੋ ਉਹ ਜੇ ਜ਼ਰੂਰੀ ਨਹੀਂ ਹੈ ਕਿ ਰਿਕਵਰ ਹੀ ਕਰੇ ਇਵਨ ਦੋ ਫਿਊਚਰ ਇਜ਼ ਅਪ ਬਟ ਐਨੀਥਿੰਗ ਕੈਨ ਹੈਪਨ ਸੋ ਥੋੜਾ ਜਿਹਾ ਧਿਆਨ ਦੇ ਨਾਲ ਜਿਆਦਾ ਫਿਊਚਰ ਦੇ ਵਿੱਚ ਕਹਿ ਸਕਦੇ ਹਾਂ ਕਿ ਉੱਥੇ ਬਲੀਵ ਕਰਕੇ ਨਹੀਂ ਜਾਣਾ ਪਰ ਜੇ ਮਾਰਕੀਟ ਥੱਲੇ ਡਿੱਗਦੀ ਹੈ ਕਿ ਕਿੱਥੋਂ ਤੱਕ ਆ ਸਕਦੀ ਹੈ ਜੀ ਲੌਂਗ ਟਰਮ ਮੈਨੂੰ ਲੱਗਦਾ ਕਿ 350 340 ਤੱਕ ਆ ਬਟ ਲੈਟਸ ਟਾਕ ਅਬਾਊਟ ਸ਼ਾਰਟ ਟਰਮ ਨੈਕਸਟ ਵੀਕ ਦੀ ਗੱਲ ਕਰਦੇ ਹਾਂ ਕਿ ਜੇ ਇਦਾਂ ਹੀ ਮਾਰਕੀਟ ਦੇ ਉੱਪਰ ਥੱਲੇ ਨੂੰ ਪ੍ਰੈਸ਼ਰ ਪਿਆ ਰਹਿੰਦਾ ਆ ਸੋ ਵਾਟ ਇਜ਼ ਦਾ ਨੈਕਸਟ ਸਟਾਪ ਜਿੱਥੇ ਆਪਾਂ ਦੇਖ ਸਕਦੇ ਹਾਂ ਥੋੜਾ ਜਿਹੀ ਮਾਰਕੀਟ ਦੀ ਡਾਇਰੈਕਸ਼ਨ ਚੇਂਜ ਹੋਣ ਦੇ ਚਾਂਸ ਨੇ ਦੈਟ ਇਜ਼ ਦਿਸ ਏਰੀਆ 380 ਸੋ 380 50 ਜਾਂ 380 ਵਾਲਾ ਏਰੀਆ ਜਿਹੜਾ ਵਾ ਇੱਕ ਕਾਫੀ ਇਥੇ ਸਟਰੋਂਗਲੀ ਸਪੋਰਟ ਬਣਿਆ ਮਾਰਕੀਟ ਡਿੱਗ ਰਹੀ ਸੀ ਤੇ ਇੱਕ ਰਿਕਵਰੀ ਕੀਤੀ ਆ ਸ਼ਾਇਦ ਉੱਥੇ ਜਾ ਕੇ 380 ਜਾਂ 380 50 ਦੇ ਨੇੜੇ ਤੇੜੇ ਮਾਰਕੀਟ ਦੀ ਇੱਕ ਬ੍ਰੇਕ ਲੱਗੇ ਰੈਜ਼ਿਸਟੈਂਸ ਕਿਹੜਾ ਜਿੱਥੋਂ ਇਹ ਮਾਰਕੀਟ ਥੱਲੇ ਡਿੱਗ ਸਕਦੀ ਹੈ ਜੇ ਕੱਲ ਨੂੰ ਵਾਦੀ 39325 ਵਾਲਾ ਏਰੀਆ ਜਿੱਥੋਂ ਮਾਰਕੀਟ ਦੇ ਰਿਜੈਕਸ਼ਨ ਹੋਣ ਦੇ ਚਾਂਸ ਹੈਗੇ ਨੇ ਸੋ ਇਹ ਦੋ ਏਰੀਆ ਦੇ ਵਿੱਚ ਦੇਖਦੇ ਆਂ ਬਾਕੀ ਕੀ ਕੋਈ ਖਾਸ ਟ੍ਰੈਂਡ ਹੈਗਾ ਆ ਨਹੀਂ ਜਿਹੜਾ ਵੀ ਟ੍ਰੈਂਡ ਹੈਗਾ ਸੀ 2022 ਦੀ ਜੀ ਆਪਾਂ ਟ੍ਰੈਂਡ ਲਾਈਨ ਲਾਈਏ ਜਿਹੜੀ ਡਾਊਨ ਟ੍ਰੈਂਡ ਵਾਲੀ ਸੀ ਤਾਂ ਉਹ ਕਿੱਥੇ ਆਣ ਕੇ ਮਿਲਦੀ ਆ ਸੋ ਇਟ ਇਜ਼ ਕਨੈਕਟਿੰਗ ਰਾਈਟ ਹੇਅਰ ਸੋ ਉਸ ਤੋਂ ਮਾਰਕੀਟ ਆ অলਮੋਸਟ ਉਹਦੇ ਨੇੜੇ ਜਾਂ ਉਸ ਤੋਂ ਥੱਲੇ ਆਪਾਂ ਕਹਿ ਸਕਦੇ ਆ ਕਲੋਜ਼ ਹੋਈ ਆ ਕੱਲ ਨੂੰ ਦੇਖਦੇ ਆ ਇਸ ਤੋਂ ਉੱਪਰ ਓਪਨ ਕਰਦੀ ਆ ਜਾਂ ਇਸ ਤੋਂ ਥੱਲੇ ਰਹਿੰਦੀ ਆ ਜੇ ਮਾਰਕੀਟ ਇਸ ਤੋਂ ਇੱਕ ਵਾਰੀ ਥੱਲੇ ਆ ਗਈ ਸ਼ਾਇਦ ਇਹਨੂੰ ਰੀਟੈਸਟ ਕਰਕੇ ਫਿਰ ਥੱਲੇ ਦੀ ਥੱਲੇ ਨੈਕਸਟ ਲੈਗ ਡਾਊਨ ਬਣਾਵੇ ਪਰ ਉਹ ਸਾਰਾ ਕੁਝ ਈਵੈਂਟ ਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਹੈ ਕਿ ਜਿਹੜਾ ਸੀਪੀਆਈ ਡਾਟਾ ਪੀਪੀਆਈ ਡਾਟਾ ਉਹ ਕਿੱਦਾਂ ਦਾ ਆਉਂਦਾ ਬਟ ਜਿਹੜਾ ਬੈਂਕਸ ਦਾ ਦੇਖੀਏ ਡਾਟਾ ਆ ਜਬ ਬੈਂਕ ਦਾ ਜੋ ਸਿਨੈਰੀਓ ਉਹ ਸਾਰਾ ਮਾਰਕੀਟ ਦੇ ਵਿੱਚ ਨੈਗੇਟਿਵ ਪ੍ਰੈਸ਼ਰ ਕਾਫੀ ਬਣਾ ਰਿਹਾ ਬਹੁਤ ਸਾਰੇ ਜਿਹੜੇ ਵੱਡੇ ਇਨਵੈਸਟਰ ਆ ਜਾਂ ਵੱਡੇ ਟਰੇਡਰ ਆ ਉਹਨਾਂ ਦੇ ਵਿੱਚ ਇਹ ਫੀਲਿੰਗ ਆ ਕਿ ਕ੍ਰੈਸ਼ ਇਸ ਕਮਿੰਗ ਸੋ ਸਮਥਿੰਗ ਬਿਗ ਇਸ ਗੋਇੰਗ ਟੂ ਹੈਪਨ ਜਿਹਦੇ ਕਰਕੇ ਥੱਲੇ ਡਿੱਗਣ ਦੇ ਆਪਾਂ ਕਹਿ ਸਕਦੇ ਹਾਂ 90% ਚਾਂਸ ਹੈਗੇ ਆ देयर आर ਮੋਰ ਨੈਗੇਟਿਵਸ ਦੈਨ ਪੋਜ਼ਿਟਿਵ ਸੋ ਇਸ ਲਈ ਆਪਾਂ ਵੀ ਉਸ ਹਿਸਾਬ ਨਾਲ ਹੀ ਚੱਲਾਂਗੇ ਆਈ ਏਮ ਨਾਟ ਟ੍ਰਾਈਿੰਗ ਟੂ ਬੀ ਨੈਗੇਟਿਵ ਅਬਾਊਟ ਦਾ ਮਾਰਕੀਟ ਬਟ ਆਈ ਏਮ ਟੈਲਿੰਗ ਯੂ ਵਾਟ ਇਜ਼ ਗੋਇੰਗ ਟੂ ਹੈਪਨ ਔਰ ਵਾਟ ਇਜ਼ ਹੈਪਨਿੰਗ ਅਰਾਊਂਡ ਅਸ ਤਾਂ ਕਿ ਆਪਾਂ ਪ੍ਰੇਪੇਅਰ ਹੋਈਏ ਇਸ ਤੋਂ ਪਹਿਲਾਂ ਕਿ ਸਾਰਾ ਕੁਝ ਹੋ ਜੇ ਆਪਾਂ ਨੂੰ ਪਤਾ ਨਾ ਹੋਵੇ ਕਿ ਕੀ ਹੋ ਗਿਆ ਸੋ ਇਸ ਲਈ ਆਲਵੇਜ਼ ਮੈਂ ਰਿਪੀਟ ਕਰ ਰਿਹਾ ਸੈਟ ਔਨ ਦਾ ਕੈਸ਼ ਮੇਕ ਸ਼ੂਰ ਯੂ ਹੈਵ ਅ ਕੈਸ਼ ਇਨ ਯੂਰ ਬੈਂਕ ਅਕਾਊਂਟ ਜਾਂ ਆਪਾਂ ਜਿਹੜੇ ਕਿਹੜੇ ਪ੍ਰਾਈਸ ਟਾਰਗੇਟ ਤੇ ਨੇ ਜੇ ਮਾਰਕੀਟ ਇੱਕਦਮ ਕ੍ਰੈਸ਼ ਹੁੰਦੀ ਜਾਂ ਤੇ ਸੋ ਨੈਕਸਟ ਸਪਾਈ ਦੀ ਇਹ ਥੋੜੀ ਜੀ ਸਿਚੁਏਸ਼ਨ ਹੈਗੀ ਆ ਜਿਸ ਤੋਂ ਥੱਲੇ ਰਹਿਦਾ ਥੱਲੇ ਆ ਸਕਦਾ 200 ਦੇ ਮੂਵਿੰਗ ਐਵਰੇਜ ਉੱਪਰ ਆ ਉਹਨੂੰ ਥੋੜਾ ਜਿਹਾ ਵਾਚ ਕਰਾਂਗੇ ਸੋ ਲੈਟਸ ਲੁੱਕ ਐਟ ਰੋਕੂ ਰੋਕੂ ਕਿਹੜਾ ਰੋਕੂ ਰੋਕੂ ਨੂੰ ਕਿਹੜਾ ਰੋਕੂ ਸੋ ਰੋਕੂ ਵੀ ਆਪਣੇ 50 ਦੇ ਮੂਵਿੰਗ ਐਵਰੇਜ ਤੋਂ ਉੱਪਰ ਆ ਚਾਂਸ ਨੇ ਕੱਲ ਜੇ ਇੱਕ ਵਾਰੀ ਪ੍ਰੈਸ਼ਰ ਪੈਣਾ ਸ਼ੁਰੂ ਹੋ ਗਿਆ ਜਿਹੜੀ ਕਿ ਨਿਊਜ਼ ਆਈ ਆ ਆਈ ਥਿੰਕ देयर विल ਬੀ ਇਨਾਫ ਨੇਗੇਟਿਵ ਪ੍ਰੈਸ਼ਰ to bring it down uh, bring it down here around somewhere 47 so ਇੱਥੇ ਦਾ 8-10 ਡਾਲਰ ਦਾ इजीली ਇੱਥੇ ਪ੍ਰੈਸ਼ਰ ਪੈ ਸਕਦਾ ਜੇ ਇੱਕ ਵਾਰੀ ਥੱਲੇ ਡਿੱਗਣਾ ਹੋ ਗਿਆ ਜਿਹੋ ਜੀ ਸਿਚੁਏਸ਼ਨ ਆ ਜਿੱਦਾਂ ਦੀ ਨਿਊਜ਼ ਆ ਕਿਉਂਕਿ ਇਹਨਾਂ ਵੱਲੋਂ ਹੋਰ ਕੋਈ ਮਿਲਦਾ ਖਾਸ ਸਟੇਟਮੈਂਟ ਦਿੱਤੀ ਨਹੀਂ ਗਈ ਜਿਹੜੀ ਆਪਾਂ ਨੂੰ ਇੱਕ ਆਸ ਦੱਸੇ ਕਿ ਹਾਂ ਇਹ ਬੈਂਕ ਆਹ ਸੌਰੀ ਬੈਂਕ ਕਹੇ ਤਾਂ ਰਾਕੂ ਦਾ ਸਟਾਕ ਜਿਹੜਾ ਆ ਜਿਹੜਾ ਉੱਥੇ ਪੈਸਾ ਸਟੱਕ ਹੋਇਆ ਰਿਕਵਰ ਹੋਣਾ ਆ ਜਾਂ ਕੀ ਹੋਣਾ ਆ ਸੋ ਆਪਾਂ ਤੇ ਕਹਿ ਰਹੇ ਹਾਂ ਬਟ ਦੇ ਆਰ ਇਨ ਮੋਰ ਟ੍ਰਬਲ ਦੇ ਆਰ ਥਿੰਕਿੰਗ ਅ ਲੋਟ ਅਬਾਊਟ ਇਟ ਦੇ ਨਾਲ ਦੀ ਨਾਲ ਜਿਹੜਾ ਇੱਕ ਰਮਣ ਗਿੱਲ ਹੁਣਾਂ ਦਾ ਕੁਐਸਚਨ ਸੀ ਗਰੁੱਪ ਦੇ ਵਿੱਚ ਕਿ ਐਸ ਆਈ ਵੀ ਬੀ ਬੈਂਕ ਦੇ ਵਿੱਚ ਜਿਹੜਾ ਮੇਰੇ ਜੋ ਕੋਈ ਸਟਾਕ ਬਾਈ ਕੀਤੇ ਹੋ ਕੀ ਬਣਨੇ ਆ ਦੇ ਵਿਲ ਬੀ ਜ਼ੀਰੋ ਵੈਂਚਰੀ ਕਿਉਂਕਿ ਜਿਹੜਾ ਵੀ ਉਹਦਾ ਸਾਰਾ ਪੈਸਾ ਯਾ ਉਹ ਤੁਹਾਨੂੰ ਜੇ ਤੁਸੀਂ ਉਹ ਬੈਂਕ ਕਰੈਸ਼ ਵਾਲੀ ਵੀਡੀਓ ਨਹੀਂ ਦੇਖੀ ਤੇ ਵਾਚ ਕਰ ਲੋ ਸੋ ਉਹਦੇ ਵਿੱਚ ਤੁਹਾਨੂੰ ਮੈਂ ਡੀਟੇਲ ਦੱਸਿਆ ਹੋਇਆ ਕਿ ਉਹਦੇ ਵਿੱਚ ਜਿਹੜਾ ਸਾਰਾ ਪੈਸਾ ਉਹਨਾਂ ਨੇ ਇੱਕ ਡਿਫਰੈਂਟ ਇੰਸਟੀਟਿਊਸ਼ਨ ਬਣਾ ਕੇ ਉਹਦੇ ਰਹੀਂ ਡਿਪੋਜ਼ਿਟਰ ਨੂੰ ਵੀ ਕਰਨਗੇ ਪਏ ਐਸ ਆਈ ਵੀ ਬੀ ਜਿਹੜੀ ਬੈਂਕ ਦਾ ਵਾ ਉਹਦਾ ਅਫੀਸ਼ੀਅਲ ਵੈਬਸਾਈਟ ਵੀ ਉੱਡ ਗਈ ਆ ਟਵਿੱਟਰ ਦਾ ਅਕਾਊਂਟ ਵੀ ਬੰਦ ਆ एवरीथिंग ਇਜ਼ ਸ਼ਟਡਾਊਨ ਸੋ ਉਹਦੇ ਸਟਾਕ ਦੀ ਵੀ ਆਪਾਂ ਨੂੰ ਉਹਨੇ ਅਨਹੌਲਟ ਨਹੀਂ ਹੋਣਾ ਇਟ ਵਿਲ ਬੀ ਹਾਲਟਡ ਐਂਡ एवरीथिंग ਵਿਲ ਬੀ ਜ਼ੀਰੋ ਥੇਅਰ ਐਂਡ ਆਫ ਦਾ ਡੇ ਤਾਂ ਹੀ ਕਰਕੇ ਕਈ ਵਾਰੀ ਆਪਾਂ ਲਾਲਚ ਦੇ ਵਿੱਚ ਮਾਰੇ ਜਾਂਦੇ ਆ ਤੇ ਮੈਂ ਆਲਵੇਜ਼ ਕਹਿੰਦਾ ਆ ਕਿ ਜਿਹੜੀ ਇਦਾਂ ਦੀ ਹਾਈਪ ਹੁੰਦੀ ਆ ਇਫ ਯੂ ਆਰ ਨਿਊ ਇਨ ਦਾ ਮਾਰਕੀਟ ਡੂ ਨਾਟ ਟੇਕ ਅ ਰਿਸਕ ਕਈ ਵਾਰੀ ਆਪਾਂ ਕਿਸੇ ਹੋਰ ਨੂੰ ਦੇਖ ਕੇ ਤੇ ਉਹੋ ਜਿਹਾ ਪੰਗੇ ਲੈਣੇ ਸ਼ੁਰੂ ਕਰ ਦਿੰਨੇ ਆ ਜੇ ਕਿਸੇ ਹੋਰ ਨੇ ਲਾਇਆ ਪਰ ਲੁੱਕ ਐਟ ਕਿ ਕੋਈ ਬੰਦੇ ਕੋਲ ਕਿਸ ਨੇ ਆਪਣਾ ਡਬਲ ਜਾਂ ਟ੍ਰਿਪਲ ਅਕਾਊਂਟ ਕੀਤਾ ਹੋਇਆ ਵਾ ਉੱਥੇ ਗੈਂਬਲ ਕਰ ਸਕਦੇ ਆ ਇਫ ਯੂ ਆਰ ਜਸਟ ਲਾਈਕ ਸਟਾਰਟਿੰਗ ਇਨ ਦਾ ਮਾਰਕੀਟ ਤੇ ਬਹੁਤ ਸਾਰੇ ਮੈਨੂੰ ਮੈਸੇਜ ਆਏ ਜਿਹੜੇ ਪਤਾ ਮੈਨੂੰ ਲੱਗਾ ਕਿ ਹਾਂ ਉਹਨਾਂ ਨੇ ਇਹੋ ਜੀਆਂ ਬੈਂਕਾਂ ਦੇ ਵਿੱਚ ਪੰਗੇ ਲਾਏ ਆ ਤੇ ਉਹ ਦੇ ਆਰ ਜਸਟ ਸਟਾਰਟਿੰਗ ਬਟ ਉਹ ਬੰਦੇ ਕੀ ਆ ਕਿ ਗਰੀਡੀ ਹੋ ਗਏ ਕਿ ਸ਼ਾਇਦ ਅਸੀਂ ਵੀ ਪੈਸਾ ਬਣਾ ਲਈਏ ਤੇ ਉੱਥੇ ਬਹੁਤ ਸਾਰੇ ਵੀਰਾਂ ਭਰਾਵਾਂ ਦਾ ਜਿਹੜਾ ਪੈਸਾ ਐਸਆਈਬੀਬੀ ਦੇ ਵਿੱਚ ਉਹ ਸਟਕ ਹੋ ਗਏ ਉਹਨੂੰ ਸ਼ਾਰਟ ਕਰ ਦਿੱਤਾ ਈਵਨ ਲੁੱਕ ਐਟ ਦਿਸ ਸਟਾਕ ਕੀ ਹੋਇਆ ਕਿ ਇਹ ਸਟਾਕ ਮਾਰਕੀਟ ਦੇ ਵਿੱਚ ਉਹਦੋਂ ਬੈਂਕਾਂ ਦੇ ਸਟਾਕਾਂ ਦੇ ਨਾਲ ਦੇ ਟ੍ਰੈਪਡ ਐਵਰੀਬਾਡੀ ਸੋ ਬਹੁਤ ਸਾਰੇ ਲੋਕ ਟ੍ਰੈ ਤੇ ਆਪਾਂ ਕਹਿ ਸਕਦੇ ਹਾਂ ਵੀ ਬੇਰਲੀ ਸਰਵਾਈਵਡ ਤੇ ਅਸੀਂ ਕਿਉਂ ਸਰਵਾਈਵ ਕਰ ਗਏ ਪਰਸਨਲੀ ਕਿਉਂਕਿ ਆਪਸ਼ਨਲ ਟ੍ਰੇਡ ਕਰਦੇ ਸੀ ਤੇ ਆਪਸ਼ਨਾਂ ਨੂੰ ਹੱਥੇ ਨਹੀਂ ਲੱਗ ਰਿਆ ਇੰਨੀਆਂ ਮਹਿੰਗੀਆਂ ਸੀ ਪਰ ਜਿਹੜੇ ਸਟਾਕ ਕੋਈ ਸ਼ਾਰਟ ਕਰਨ ਲੱਗ ਗਿਆ ਇੱਥੇ ਇੱਕਦਮ ਇਹਨਾਂ ਨੇ ਵੀ ਸ਼ੇਪ ਦੀ ਰਿਕਵਰੀ ਮਾਰੀ 95 ਤੋਂ ਸਟਾਕ ਨੂੰ ਥੱਲੇ ਸੁਟਿਆ ਫਿਰ ਉੱਥੇ ਵਾਪਸ ਲੈ ਗਿਆ ਸੋ ਮੈਨੀ ਪੀਪਲ ਗਾਟ ਸਟਕ ਇਨ देयर ਸੋ ਇਸ ਲਈ ਥੋੜੇ ਧਿਆਨ ਦੇਣਾ ਲਾਲਚ ਦੇ ਵਿੱਚ ਨਹੀਂ ਜਾਣਾ ਸੋ 让我们 ਲੁੱਕ ਐਟ ਰੌਬ ਬਲੌਗਸ ਰੌਬ ਬਲੌਗਸ ਦਾ ਕੀ ਹੋ ਸਕਦਾ ਜੀ ਸੋ ਰੌਬ ਬਲੌਗਸ ਦੀ ਵੀ ਆਪਾਂ ਕਿਹਾ ਕਿ ਸਿਚੁਏਸ਼ਨ ਕਾਫੀ ਹਾਲਾਤ ਥੋੜੇ ਮਾੜੀ ਹੋ ਜਾਣਿਆ ਜੇ ਆ ਵਾਲੀ ਨਿਊਜ਼ ਦਾ ਉਹਨਾਂ ਤੇ 네ਗੇਟਿਵ ਇੰਪੈਕਟ ਪੈਂਦਾ ਦੇਖਦੇ ਆ ਕੱਲ ਨੂੰ ਕੀ ਬਣਦਾ ਐਂਡ ਇਟ ਕੈਨ ਈਜ਼ਲੀ 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 ਕਮ ਡਾਊਨ ਟੂ ਦਿਸ ਏਰੀਆ ਜੇ ਇਹ ਥੱਲੇ ਡਿੱਗਣਾ ਸ਼ੁਰੂ ਹੋ ਜਾਂਦਾ ਤਾਂ ਇੱਥੇ ਰੁਕਣ ਦੇ ਚਾਂਸ ਹੈ ਕਿ 33 ਡਾਲਰ ਦੇ ਨੇੜੇ ਤੇੜੇ ਸੋ ਇਹ ਪ੍ਰੈਸ਼ਰ ਮੈਂ ਫੀਲ ਕਰ ਰਿਹਾ ਕਿ ਪੈ ਸਕਦਾ ਇੱਕ ਵਾਰੀ ਜੇ 네ਗੇਟਿਵ ਪ੍ਰੈਸ਼ਰ ਪੈਣਾ ਸ਼ੁਰੂ ਹੋ ਗਿਆ ਮਾਰਨਿੰਗ ਦੇ ਵਿੱਚ ਦੇਖਦੇ ਆ ਕੀ ਬਣਦਾ ਬਟ ਸਟਿਲ ਆਈ ਹੈਵ ਦਿਸ ਫੀਲਿੰਗ ਕਿ ਇਹ ਕੁਝ ਹੋ ਸਕਦਾ ਇਨਾਂ ਸਟਾਕਾਂ ਦੇ ਵਿੱਚ ਈਵਨ ਦੋ ਫਿਊਚਰ ਇਜ਼ ਅਪ ਸੋ ਥੋੜਾ ਜਿਹਾ ਇਹਨਾਂ ਨੂੰ ਵਾਚ ਕਰਕੇ ਚੱਲਣਾ ਕ ਉਹ ਥੋੜਾ ਜਿਹਾ ਬਿਟਕੋਇਨ ਤੇ ਡਿਪੈਂਡ ਕਰਦਾ ਸੋ ਲੈਟਸ ਲੁੱਕ ਐਟ ਬੀਟੀਸੀ ਕਿ ਕੀ ਕਰ ਰਿਹਾ ਬਿਟਕੋਇਨ ਆਪਾਂ ਇੱਥੇ ਕਾਫੀ ਜੇ ਆਪਾਂ ਦੇਖਿਆ ਜਾਵੇ ਤਾਂ ਉੱਪਰ ਗਿਆ ਹਾਂ ਕੋਇਨ ਦੀ ਇੱਕ ਜਿਹੜੀ ਨਿਊਜ਼ ਆ ਕਿ ਯੂਐਸ ਡੀਸੀ ਨੂੰ ਉਹਨਾਂ ਨੇ ਇੱਕ ਤਰੀਕੇ ਨਾਲ ਉਹਦਾ ਬੰਦ ਕੀਤਾ ਸੀ ਆਪਾਂ ਹਾਲਟ ਕਹਿ ਸਕਦੇ ਹਾਂ ਆਪਣੇ ਪਲੇਟਫਾਰਮ ਤੋਂ ਉਹਨਾਂ ਨੇ ਕੀਤਾ ਸੀ ਉਹਦੇ ਕਰਕੇ ਕਾਫੀ ਇੱਕੋ ਨੈਗੇਟਿਵ ਸੈਂਟੀਮੈਂਟ ਜਿਹਾ ਹੈਗਾ ਟਰੇਡਰ ਦੇ ਵਿੱਚ ਜਾਂ ਇਨਵੈਸਟਰ ਦੇ ਵਿੱਚ ਕਿ ਕੋਇਨ ਇਸ ਦਾ ਨੈਕਸਟ ਬਿਗ ਥਿੰਗ ਜਿਹੜੀ ਆਊਟ ਆਫ ਮਾਰਕੀਟ ਹੋ ਸਕਦੀ ਆ ਕਿਉਂਕਿ ਉਹਨਾਂ ਨੇ USDC ਜਿਹਦੇ ਤੋਂ ਮੇਨ ਇਨਕਮ ਬਣਾਉਂਦੇ ਆ USDC ਜੇ ਆਪਾਂ ਦੇਖੀਏ ਤਾਂ ਉਹ ਵੀ ਥੱਲੇ ਆ ਗਿਆ ਸੀ ਵੀਕਐਂਡ ਤੇ ਇੱਕ ਸਟੇਬਲ ਕੋਇਨ ਆ ਜਿਹੜਾ ਉਹ ਆਈ ਥਿੰਕ 8 9 ਸ਼ਾਇਦ 12 ਸੈਂਟ ਇਦਾਂ ਥੱਲੇ ਆ ਗਿਆ ਸੀ 1 ਡਾਲਰ ਤੋਂ 88 ਸੈਂਟ ਤੇ ਆ ਗਿਆ ਹੈ ਸੋ ਉਹ ਚੀਜ਼ ਹੋ ਸਕਦੀ ਹੈ ਨਾਥਿੰਗ ਇਜ਼ ਸਟੇਬਲ ਇਨ ਕ੍ਰਿਪਟੋ ਮਾਰਕੀਟ ਬਟ ਆਈ ਐਮ ਨਾਟ ਅਗੇਂਸਟ ਕ੍ਰਿਪਟੋ ਮਾਰਕੀਟ ਬਟ ਮੈਂ ਇਹੀ ਦੱਸ ਰਿਹਾ ਕਿ ਸ਼ਾਇਦ ਕੋਇਨ ਦੇ ਵਿੱਚ ਉਸ ਚੀਜ਼ ਦਾ ਪ੍ਰੈਸ਼ਰ ਪਵੇ ਤੇ ਕੋਇਨ ਥੱਲੇ ਡਿੱਗੇ ਭਾਜੀ ਕ੍ਰਿਪਟੋ ਅੱਜ ਬਹੁਤ ਵਧੀਆ ਰਿਕਵਰ ਕਰ ਰਹੀ ਹੈ ਹੋ ਸਕਦਾ ਸਟਾਕ ਵੀ ਰਿਕਵਰ ਕਰ ਪਰ ਐਨੀਥਿੰਗ ਇਜ਼ ਪੋਸੀਬਲ ਸਟਾਕ ਹੋ ਸਕਦਾ ਕੱਲ ਸਪਾਈ 400 ਨੂੰ ਜਾ ਲੱਗੇ ਕੁਝ ਵੀ ਹੋ ਸਕਦਾ ਬਟ ਲੁਕਿੰਗ ਐਟ ਦਾ ਓਵਰਆਲ ਮਾਰਕੀਟ ਸਿਚੁਏਸ਼ਨ ਵੀ ਆਰ ਨਾਟ ਕੌਨਫिडेंट ਟੂ ਟੂ ਗੋ ਲੌਂਗ ਇਨ ਦਾ ਮਾਰਕੀਟ ਸੋ ਉਹ ਆਪਣੇ ਕੋਲ ਜੇ ਕੌਨਫिडेंस ਨਹੀਂ ਹੈਗਾ ਹੁਣ ਤੁਸੀਂ ਮੈਨੂੰ ਕੋਈ ਨਿਊਜ਼ ਦੱਸੋ ਕਿ ਜਾਂ ਤੁਸੀਂ ਆਪ ਹੀ ਦੇਖੋ ਕਿ ਜਿਹੜੀਆਂ ਪਿਛਲੇ 2-3 ਦਿਨਾਂ ਦੇ ਵਿੱਚ ਮਾਰਕੀਟ ਦੇ ਵਿੱਚ ਪੋਜ਼ਿਟਿਵ ਆਈ ਹੈ ਜਿਹੜੀ ਤੁਹਾਨੂੰ ਕਹਿ ਰਹੀ ਹੈ ਕਿ ਹਾਂ ਮਾਰਕੀਟ ਤੇ ਬਹੁਤ ਉੱਪਰ ਜਾਣੀ ਹੈ ਜੀ ਆਹ ਦੇਖੋ ਇੱਕ ਪੋਜ਼ਿਟਿਵ ਨਿਊਜ਼ ਆਈ ਆ ਜਾਂ ਆਹ 2-4 ਵੱਡੇ ਬੰਦਿਆਂ ਨੇ ਕੋਈ ਪੋਜ਼ਿਟਿਵ ਗੱਲਾਂ ਕ ਫੈਡ ਨੇ ਸਿਰਫ ਇਹੀ ਕਿਹਾ ਕਿ ਹਾਂ ਜੀ ਅਸੀਂ ਬੈਂਕਾਂ ਨੂੰ ਬੈਕਅਪ ਕਰਾਂਗੇ ਆ ਸਾਰਾ ਕੁਝ ਕਰਾਂਗੇ ਕਿਉਂਕਿ ਉਹਨਾਂ ਦਾ ਫਰਜ਼ ਆ ਠੀਕ ਹੈ ਸੋ ਜਿੱਦਾਂ ਇੱਥੇ ਕੋਈ ਬੰਦੇ ਦੀ ਫਾਈਨੈਂਸ਼ੀਅਲੀ ਹਾਲਤ ਮਾੜੀ ਹੋ ਜਾਏ ਤੇ ਉਹ ਰਿਸ਼ਤੇਦਾਰਾਂ ਦੇ ਵਿੱਚ ਥੋੜਾ ਜਿਹਾ ਆਪਣਾ ਹੁੰਦਾ ਕਿ ਯਾਰ ਕੀ ਸੋਚਣਗੇ ਰਿਸ਼ਤੇਦਾਰ ਮੇਰੇ ਬਾਰੇ ਹਨਾ ਇਦਾਂ ਹੀ ਇਹ ਕੰਟਰੀਆਂ ਦਾ ਕੰਟਰੀਆਂ ਦਾ ਕੰਪੀਟੀਸ਼ਨ ਆ ਹੁਣ ਯੂਐਸ ਦੇ ਵਿੱਚ ਬੈਂਕਾਂ ਫੇਲ ਹੋਈ ਜਾਂਦੀਆਂ ਤੇ ਯੂਐਸ ਨੂੰ ਆ ਕੇ ਯਾਰ ਵੀ ਆਰ ਦਾ ਵਰਲਡ ਪਾਵਰ ਤੇ ਕੀ ਰਸ਼ੀਆ ਜਾਂ ਬਾਕੀ ਕੰਟਰੀਆਂ ਚਾਈਨਾ ਸਾਡੇ ਬਾਰੇ ਕੀ ਸੋਚਣਗੇ ਇਹਨਾਂ ਦੀਆਂ ਬੈਂਕਾਂ ਹੀ ਫੇਲ ਹੋਈ ਜਾਂਦੀਆਂ ਵਾਟਸ ਗੋਇ ਸੋ ਇੱਕ ਰੈਪਿਊਟੇਸ਼ਨ ਬਚਾਉਣੀ ਆ ਉਹ ਸਾਰੀਆਂ ਚੀਜ਼ਾਂ ਇੱਕ ਕੰਟਰੀ ਲੈਵਲ ਤੇ ਕਰਨਾ ਉਹਨਾਂ ਨੂੰ ਬਹੁਤ ਕੁਝ ਅੱਗੇ ਦਾ ਸੋਚਣਾ ਪੈਂਦਾ ਕਿ ਹਾਂ ਸਾਡੀ ਜਿਹੜੀ ਇੱਕ ਵਰਲਡ ਲੈਵਲ ਦੇ ਵਿੱਚ ਅਸੀਂ ਵਰਲਡ ਪਾਵਰ ਮੰਨੇ ਜਾਂਦੇ ਆ ਉਤੋਂ ਥੱਲੇ ਨਹੀਂ ਡਿੱਗਣਾ ਚਾਹੁੰਦਾ ਕੋਈ ਵੀ ਹੁਣ ਕੋਈ ਮੁੱਖ ਮੰਤਰੀ ਬਣ ਗਿਆ ਚਾਹੁੰਦਾ ਥੋੜੀ ਆ ਕਿ ਮੈਂ ਥੱਲੇ ਆ ਜਾ ਸੋ ਇੱਕ ਵਰਲਡ ਪਾਵਰ ਆ ਉਹਨਾਂ ਨੇ ਆਪਣਾ ਬਹੁਤ ਸਰਵਾਈਵ ਕਰਨ ਦੀ ਕੋਸ਼ਿਸ਼ ਕਰਨੀ ਆ ਪਰ ਜਦੋਂ ਹਾਲਾਤ ਆਊਟ ਆਫ ਕੰਟਰੋਲ ਹੋ ਜਾਣਾ ਫਿਰ ਉਦੋਂ ਸਰਵਾਈਵ ਕਰਨਾ ਮੁਸ਼ਕਲ ਆ ਬੇਸਿਕਲੀ ਸਟਾਕ ਮਾਰਕੀਟ ਦੇ ਵਿੱਚ ਕਿਉਂਕਿ ਸਾਰਾ ਕੁਝ ਉਹਨਾਂ ਦੇ ਕੰਟਰੋਲ ਦੇ ਵਿੱਚ ਨਹੀਂ ਆ ਦੇ ਕੈਨ ਹਾਲਟ ਦਾ ਸਟਾਕ ਕੈਨੋਟ ਸਟਾਪ ਕਿ ਹਰ ਕੋਈ ਸਟਾਪ ਨੂੰ ਹੌਲਡ ਕਰਕੇ ਤੇ ਮਾਰਕੀਟ ਤੋਂ ਜਿਹੜਾ ਪੈਸਾ ਬਾਹਰ ਆਇਆ ਉਹਨੂੰ ਰੋਕ ਸਕਣਾ ਸੋ ਉਹ ਸਾਰੀ ਚੀਜ਼ ਹੋ ਸਕਦੀ ਆ ਸੋ ਇਸ ਲਈ ਥੋੜੇ ਧਿਆਨ ਦੇ ਨਾਲ ਹਾਂ ਬਿਟਕੋਇਨ ਵਧਿਆ ਪਰ ਇਹੀ ਹੈ ਕਿ ਓਵਰਆਲ ਮਾਰਕੀਟ ਦੇ ਉੱਪਰ ਪ੍ਰੈਸ਼ਰ ਹੈਗਾ ਟੈਸਲਾ ਨਾਲ ਕੀ ਹੋ ਰਿਹਾ ਜੀ ਟੈਸਲਾ ਦਾ ਵੀ ਜਿੱਦਾਂ ਆਪਾਂ ਦੇਖਿਆ ਸੀ ਕਿ ਆਹ ਵਾਲੀ ਕੈਂਡਲ ਬਣੀ ਸੀ ਤੇ ਇੱਥੇ ਆਪਾਂ ਤੁਹਾਨੂੰ ਪ੍ਰੈਡਿਕਟ ਕੀਤਾ ਸੀ ਕਿ ਟੈਸਲਾ ਤੇ ਇੱਕ 네ਗਟਿਵ ਪ੍ਰੈਸ਼ਰ ਪੈਣਾ ਸ਼ੁਰੂ ਹੋ ਸਕਦਾ ਆ ਇਨਵੈਸਟਰ ਡੇ ਆਇਆ ਇਨਵੈਸਟਰ ਡੇ ਤੇ ਵੀ ਆਪਣੀ ਗੱਲਬਾਤ ਸੀ ਕਿ ਸੈਲ ਦਾ ਨਿਊਜ਼ ਹੋ ਸਕਦਾ ਟੈਸਲਾ ਤੇ ਉਦਣ ਹਾਉ ਫਰਸਟ ਸਟਾਪ ਆਪਣਾ ਹੈਗਾ ਕਿ 160 630 ਦੇ ਨੇੜੇ ਸ਼ਾਇਦ ਲੱਗ ਜੇ ਤੇ ਟੈਸਲਾ ਵਾਸ 1 ਆਫ ਦਾ ਸਟਾਕ ਜਿਹੜਾ ਫਰਾਈਡੇ ਨੂੰ ਗ੍ਰੀਨ ਦੇ ਵਿੱਚ ਹੀ ਕਿਉਂਕਿ ਇਹਦਾ ਆਪਣਾ ਰਸਤਾ ਵੱਖਰਾ ਹੀ ਹੁੰਦਾ ਆ ਸੋ ਇਹ 50 ਡੇ ਮੂਵਿੰਗ ਐਵਰੇਜ ਆ ਇਹਦੇ ਨੇੜੇ ਆਲਮੋਸਟ ਆਪਾਂ ਦੇਖੀਏ ਤੇ ਇੱਕ سپورਟ ਜੀ ਲਈ ਹੋਈ ਆ ਪਰ ਜੇ ਇਸ ਤੋਂ ਥੱਲੇ ਡਿੱਗ ਜਾਂਦਾ ਤੇ ਕਿੱਥੇ ਆਣ ਕੇ ਟੈਸਲਾ ਥੱਲੇ ਬਾਟਮ ਤੇ ਖੜ ਸਕਦਾ ਹਾਂਜੀ ਸੋ ਇਹੀ ਏਰੀਆ ਪਹਿਲਾਂ 165 ਵਾਲੇ ਤੇ ਜਾ ਕੇ ਦੇਖਦੇ ਆ ਸੋ ਇੱਥੇ 165 ਵਾਲੇ ਤੇ سپورਟ ਹੈਗੀ ਆ ਕੀ ਕਰਦਾ ਜੇ 165 ਤੋਂ ਥੱਲੇ ਡਿੱਗਦਾ ਫਿਰ ਇਹ ਕਿਤੇ ਵੀ ਥੱਲੇ ਜਾ ਸਕਦਾ 150 ਡਾਲਰ ਇੱਕ ਸਾਈਕਲੋਜੀਕਲੀ ਸਪੋਰਟ ਬਣੂਗੀ ਟੈਸਲਾ ਦੀ ਸ਼ਾਇਦ ਉੱਥੇ ਖੜ ਜੇ ਪਰ ਉਹਨੂੰ ਵੀ ਬ੍ਰੇਕ ਕਰ ਸਕਦਾ ਥੱਲੇ ਨੂੰ ਸੋ ਬਹੁਤ ਧਿਆਨ ਦੇ ਨਾਲ ਮਾਰਕੀਟ ਦੇ ਵਿੱਚ ਕੱਲ ਬੀਸਿਕਲੀ ਅੱਧਾ ਪਹਿਲਾ ਅੱਧਾ ਘੰਟਾ ਦੇਖੋ ਹੋਰ ਕੋਈ ਮਾਰਕੀਟ ਦੇ ਵਿੱਚ ਈਵੈਂਟ ਨਹੀਂ ਹੈਗਾ ਬਟ ਥੇਰ ਵਿਲ ਬੀ ਸੋ ਮੈਨੀ ਨਿਊਜ਼ਸ ਜਿਹੜੀਆਂ ਮਾਰਕੀਟ ਦੇ ਵਿੱਚ ਇੱਕ ਕੈਟਾਲਿਸਟ ਬਣ ਕੇ ਆ ਸਕਦੀਆਂ ਤੇ ਮਾਰਕੀਟ ਨੂੰ ਇੱਕਦਮ ਪੰਪ ਜਾਂ ਡੰਪ ਕਰ ਸਕਦੀਆਂ ਮੇਕ ਸ਼ੂਰ ਯੂ ਜਦੋਂ ਕੱਲ ਲਾਈਵ ਵਾਚ ਕਰਨਾ ਆਪਣਾ ਸੀਐਨਬੀਸੀ ਚੈਨਲ ਵਗੈਰਾ ਜਾਂ ਇਦਾਂ ਦੇਖਦੇ ਰਹੋ ਕਿ ਤੁਹਾਨੂੰ ਪਤਾ ਲੱਗਦਾ ਰਹੇ ਵੀ ਮਾਰਕੀਟ ਦੇ ਵਿੱਚ ਕੀ ਹੋ ਰਿਹਾ ਅਪ ਟੂ ਡੇਟ ਨਿਊਜ਼ ਹੋਣੇ ਇਹਨਾ ਹੋ ਗਿਆ ਆਪਾਂ ਕਿਸੇ ਟ੍ਰੇਡ ਦੇ ਵਿੱਚ ਚਲਦੀ ਆਪਾਨੂੰ ਪਤਾ ਨਾ ਹੋਵੇ ਬਾਹਰ ਕੀ ਹੋ ਰਿਹਾ ਹਾਂ ਤੁਹਾਨੂੰ ਕੋਈ ਚੀਜ਼ ਪਤਾ ਲੱਗਦੀ ਆ ਹੋ ਸਕਦਾ ਮੈਨੂੰ ਨਾ ਪਤਾ ਲੱਗੇ ਨੀ ਉਸ ਸੋ ਮੇਕ ਸ਼ੁਰ ਯੂ ਕੀਪ ਸ਼ੇਰਿੰਗ ਇਨ ਦਾ ਗਰੁੱਪ ਸੋ ਨੈਕਸਟ ਵੀਕ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਰਿਸਕੀ ਆ ਮਾਰਕੀਟ ਦੇ ਵਿੱਚ ਕਿਸੇ ਵੀ ਸਾਈਡ ਨੂੰ ਸੋ ਵੱਕ ਡਰ ਕੇ ਟ੍ਰੇਡ ਕਰਨ ਵਾਲਾ ਵੀਕ ਹੈਗਾ ਥੋੜਾ ਧਿਆਨ ਦੇ ਨਾਲ ਓਵਰ ਆਲ ਵੈਸੇ ਵੀ ਡਰ ਕੇ ਟ੍ਰੇਡ ਕਰੋ ਕਿਉਂਕਿ ਮਾਰਕੀਟ ਦੇ ਵਿੱਚ ਪਤਾ ਨਹੀਂ ਕਦੇ ਵੀ ਕੁਝ ਹੋ ਜਾਣਾ ਪਰ ਨੈਕਸਟ ਵੀ that is a little bit tricky especially ਜਦੋਂ ਆਪਾਂ ਦੇਖਦੇ ਹਾਂ ਕਿ ਸਾਰਾ ਕੁਝ ਲਾਸਟ ਵੀਕ ਦੇ ਵਿੱਚ 네ਗੇਟਿਵ ਹੋਇਆ ਤੇ ਹੁਣ ਫਿਊਚਰ ਇੱਕਦਮ ਅੱਪ ਹੋ ਗਿਆ what is the reason so ਆਪਾਂ ਨੂੰ ਕਾਰਨ ਨਹੀਂ ਸਪੈਸਿਫਿਕ ਲੱਭ ਰਿਹਾ ਅਦਰ than ਕਿ ਜਿਹੜਾ ਫੈਡ ਵੱਲੋਂ ਇੱਕ ਸਿਰਫ ਕਿਹਾ ਜਾ ਰਿਹਾ ਕਿ ਵੀ ਵਿਲ ਬੈਕ ਅਪ ਬੈਂਕਸ ਪਰ ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਹੋਰ ਬੈਂਕਾਂ ਦੇ ਵਿੱਚ ਵੀ ਇਹ ਸੇਮ ਸਿਸਟਮ ਬਣਿਆ ਹੋਇਆ so ਧਿਆਨ ਦੇ ਨਾਲ ਸਪਾਈ ਨੂੰ ਕਰੋ ਬਾਕੀ ਜਿਹੜੇ ਵੀ ਸਟਾਕ ਟ੍ਰੇਡ ਕਰਨੇ ਆ ਕਰ ਸਕਦੇ ਆ ਜੋ ਬਾਈਡਨ ਵਿਲ ਸਪੀਕਿੰਗ ਦਾ ਮਾਰਨਿੰਗ ਟੂਮਾਰੋ so ਹਾਂਜੀ ਭਾਜੀ ਉਹ ਨਹੀਂ ਕਹਿੰਦੇ ਜੋ ਬਾਈਡਨ ਨੇ ਬੋਲਣਾ ਸਵੇਰੇ ਦੇਖੋ ਕੀ ਆ ਅਗੇਨ ਹੀ ਵਿਲ ਬੀ ਟੈਲਿੰਗ ਦਾ ਪੋਜ਼ਿਟਿਵ ਰਿਮਾਰਕ ਕਿ ਹਾਂ ਉਹ ਕਿਰਿਆ ਕਿਉਂਕਿ ਐਂਡ ਆਫ ਦਾ ਡੇ ਉਹੀ ਤੁਹਾਨੂੰ ਮੈਂ ਗੱਲ ਆਖੀ ਹੈ ਕਿ ਇਟਸ ਆਲ ਅਬਾਊਟ ਦਾ ਰੈਪਿਊਟੇਸ਼ਨ ਕਿ ਉਹਨਾਂ ਨੇ ਆਲਰੇਡੀ ਟਵੀਟ ਕੀਤਾ ਕਿ ਆਈ ਵਿਲ ਹੈਲਪ ਦ एवरीबॉडी ਅਕਾਊਂਟੇਬਲ ਜਿਹੜੇ ਇਸ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੇ ਬੇਸਿਕਲੀ ਕੀਤਾ ਆ ਸੋ ਧਿਆਨ ਦੇ ਨਾਲ ਗੁੱਡ ਲੱਕ ਬਾਕੀ ਮਿਲਦੇ ਆ ਕੱਲ ਸਵੇਰੇ ਮਾਰਨਿੰਗ ਨੂੰ ਜਿਹੜਾ ਨੇ ਲਾਈਵ ਸਟ੍ਰੀਮ ਲਈ ਸਬਸਕ੍ਰਾਈਬ ਕੀਤਾ stocktalkforyou.com ਲਈ ਥੈਂਕ ਯੂ ਸਾਰਿਆਂ ਦਾ ਸੋ ਟੂਡੇ ਫਸਟ ਡੇ ਆਫ ਯੂ ਗਾਇਜ਼ ਟ੍ਰੇਡਿੰਗ ਟਮਾਰੋ ਸੋ ਥੋੜਾ ਧਿਆਨ ਦੇ ਨਾਲ ਬਾਕੀ ਜਿਨ੍ਹਾਂ ਨੇ ਸਬਸਕ੍ਰਾਈਬ ਕਰਨਾ ਕਰ ਲਿਓ ਸੋ ਵੀ ਵਿਲ ਸਟਾਰਟ ট্রেਡਿੰਗ ਔਨ ਸਟਾਕਟੌਕ ਫਾਰ ਯੂ ਡਾਟ ਕਮ 9am 9 ਵਜੇ ਸਵੇਰੇ ਟੋਰਾਂਟੋ ਟਾਈਮ ਨਿਊਯਾਰਕ ਟਾਈਮ ਆਪਾਂ ਸ਼ੁਰੂ ਕਰ ਦੇਣਾ ਬਾਕੀ ਟੈਲੀਗ੍ਰਾਮ ਦੀ ਕਾਲ ਹੋਊਗੀ ਮਾਰਨਿੰਗ ਦੀ ਸਿਚੁਏਸ਼ਨ ਕੀ ਹਾਲਾਤ ਬਣਦੇ ਨੇ ਉਹਦੇ ਵਿੱਚ ਵੀ ਡਿਸਕ੍ਰਾਈਬ ਕਰਾਂਗੇ ਸੋ ਥੈਂਕ ਯੂ ਬਾਕੀ ਆਹ ਵੀਡੀਓ ਬਾਕੀਆਂ ਦੇ ਨਾਲ ਵੀ ਸ਼ੇਅਰ ਕਰ ਦਿਓ ਜਿਹੜੇ ਸਟਾਕ ਮਾਰਕੀਟ ਦੇ ਵਿੱਚ ਨਹੀਂ ਆ ਟ੍ਰੇਡ ਕਰਦੇ ਨੇ ਆਪਣੇ ਲਾਈਵ ਤੇ ਨਹੀਂ ਆ ਸਕੇ ਟੇਕ ਕੇਅਰ ਬਾਏ ਬਾਏ